ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿੱਚ ਪੰਜਾਬ ਸਰਕਾਰ ਵੱਲੋਂ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਹੇਠ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਰਾਜ ਪੱਧਰੀ ਸ਼ਹੀਦੀ ਸਮਾਗਮ ਮਿਤੀ 17 ਜਨਵਰੀ 2018 ਨੂੰ ਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਦਾ ਸਾਡੀ ਟੀਮ ਨੇ ਦੌਰਾ ਕੀਤਾ। ਪੇਸ਼ ਹੈ ਇੱਕ ਰਿਪੋਰਟ।
ਦੀ ਛੱਟ ਬਣੇ ਵਫਾਦਾਰ ਪ੍ਰਜਾ ਨਾਲ ਮਾਣ ਦੇ ਘਰ ਪਹੁੰਚਾ ਦਿਆਂਗਾ। ਉਹ ਰੱਖੇ ਐਂਟ ਸਿੱਖੀ ਵਾਲੀ ਅਜੇ ਵੀ ਏ, ਮੈਂ ਧਰ ਤੋਪ ਦੇ ਅੱਗੇ ਉਡਾ ਦਿਆਂਗਾ। ਉਹ ਲੋਕੀ ਜਾਣਦੇ ਨੇ ਮੇਰਾ ਨਾਮ ਕਾਵਣ ਤੇ ਮੈਂ ਵੀ ਆਪਣਾ ਜ਼ੋਰ ਵਿਖਾ ਦਿਆਂਗਾ। ਆਖਣ ਲੱਗੀ ਬੱਚਾ, ਬੱਚੇ ਨੂੰ ਸਮਝਾਉਣਾ ਚਾਹੀਦਾ, ਬੱਚਾ ਤੇ ਵਿਰਚ ਜਾਵੇਗਾ। ਸਮਝਾਉਣ ਦਾ ਯਤਨ ਕੀਤਾ ਗਿਆ। ਬਿਸ਼ਨ ਸਿੰਘ ਨੇ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਤੇ ਕਾਮਨ ਨੂੰ ਆਪਣੇ ਕੋਲ ਸੱਦਿਆ। ਕਹਿੰਦੇ ਗੁਰੂ ਦੀ ਨਿੰਦਿਆ ਸੁਣੀ, ਕਹਿੰਦੇ ਵੀ ਗੁਰ ਕੀ ਨਿੰਦਾ ਸੁਣੇ ਨਾ ਕਾਨ। ਜਦੋਂ ਐਸਾ ਬੋਲ ਰਿਹਾ ਸੀ ਕਿ ਮੈਂ ਵੇਖ ਲਵਾਂਗਾ ਇਹਨਾਂ ਦੇ ਕੂਕਿਆਂ ਦੇ ਗੁਰੂ ਨੂੰ ਵੀ, ਤੇ ਕਹਿੰਦੇ ਨੇ ਬਿਸ਼ਨ ਸਿੰਘ ਨੇ ਫਿਰ ਕਾਮਨ ਨੂੰ ਆਖਿਆ ਵੀ ਠੀਕ ਹੈ ਮੈਂ ਗੱਲ ਕਹਿਣਾ, ਪਰ ਕਾਮਨਾ ਆਖਾਂਗਾ। ਇੰਨੀਆਂ ਗੱਲਾਂ ਕਰਕੇ ਕਹਿੰਦੇ ਐਸਾ ਰੁੱਖ ਕਾਮਨ ਦੀ ਦਾੜੀ ਨੂੰ ਪਾਇਆ ਕਿ ਅੱਜ ਖਿੱਚ ਕੇ ਹੇਠਾਂ ਨੂੰ ਜ਼ਮੀਨ ਤੇ ਵਗਾਇਆ। ਕਹਿੰਦਾ ਫੇਰ ਕਹੇਗਾ ਛੱਡ ਦੇ ਸਿੱਖੀ ਨੂੰ, ਉਹ ਆਪਣੇ ਦਿਮਾਗੋਂ ਤੂੰ ਕੱਢ ਦੇ ਸਿੱਖੀ ਨੂੰ, ਮੈਂ ਤੈਨੂੰ ਜਹੰਮ ਦੇ ਵਿੱਚ ਪਹੁੰਚਾਂਗਾ। ਮੈਂ ਸਿੱਖ ਹਾਂ ਗੁਰੂ ਕਾ ਤੇ ਸਿੱਖ ਹੀ ਰਹਾਂਗਾ। ਹੋਇਆ ਕਿ ਕੋਲ ਖੜਿਆ ਸਿੱਧਕ ਵਾਲੀ ਕਿਹੜੀ ਜਗ੍ਹਾ ਸੀ ਜਿੱਥੇ ਤੋਪਾਂ ਬੀੜੀਆਂ ਦੇ ਸਿੰਘ ਸ਼ਹੀਦ ਹੁੰਦੇ ਸਨ।
ਫੰਡਾ ਬਣਾ ਕੇ ਲੈ ਲਿਆ ਸੋਨੇ ਦਾ। ਤੂੰ ਬਾਦਲ ਵੀ ਉਦੋਂ ਚੇਅਰਮੈਨ ਸਨ। ਅਸੀਂ ਸੁਨਿਆਰੇ ਕੋਲ ਗਏ, ਤੁਸਾਂ ਸੀ ਨਹੀਂ, ਅਸੀਂ ਆਪਣੀ ਪੁੱਤੀ ਨਾਲ, ਮੈਂ ਗਿਆ ਇੱਕ ਸੁਨਿਆਰਾ ਵਾਕ ਅਤੇ ਸੂਬਾ ਜੀ ਨਾਲ ਅਸੀਂ ਲੱਗੇ ਰਹੇ। ਤੂੰ ਬੜਾ ਸੋਹਣਾ ਡਿਜ਼ਾਇਨ ਇੱਕ ਗੱਲ ਲੈ ਗਈ, ਤੁਸੀਂ ਦੇਖਿਆ ਹੋਣਾ ਜਿਹੜੇ ਪਾਸੋਂ ਤੁਸੀਂ ਆਉਂਦੇ ਹੋ ਉੱਥੇ ਲਿਖਿਆ ਨਾਮਧਾਰੀ ਸ਼ਹੀਦੀ ਸਮਾਰਕ ਮਾਰਕ, ਚਾਹੇ ਲੁਧਿਆਣੇ ਵੱਲੋਂ ਆਉਂਦੇ ਹੋ, ਚਾਹੇ ਸੰਗਰੂਰ ਵੱਲੋਂ, ਚਾਹੇ ਨਾਭੇ ਵੱਲੋਂ ਕਿਸੇ ਪਾਸੇ, ਉਹਨਾਂ ਦੇ ਨਾਲ ਸਰਦਾਰ ਜਗਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਭਾਰਤੀ ਅਮਰਿੰਦਰ ਮੋਦੀ ਸੰਘ ਹਰਿਆਣਾ ਸਟੇਟ ਦੇ ਸੈਕਟਰੀ ਸਰਦਾਰ ਜੈਪਾਲ ਸਿੰਘ ਜੀ ਮੁੰਡਿਆਂ ਨੂੰ ਸਿਰੋਂ ਭਾਵ ਬਖਸ਼ਿਸ਼ ਕਰਕੇ ਉਹਨਾਂ ਦੀ ਬਖਸ਼ਿਸ਼ ਕੀਤੀ ਹੈ। ਸ਼ਰਮਾ ਜੀ, ਜ਼ਿਲ੍ਹਾ ਸੈਕਟਰੀ ਰਮਨਦੀਪ ਜੀ, ਜ਼ਿਲ੍ਹਾ ਸਚਿਵ ਰਵੀ ਕੁਮਾਰ ਅੰਮ੍ਰਿਤਸਰ ਅਤੇ ਹੋਰ ਬਹੁਤ ਸਵਾਮੀ ਮੁਲਕਰਾਜ ਆਨੰਦ ਜੀ, ਹੋਰ ਸੱਜਣ ਬਹੁਤ ਪਤਵੰਤੇ ਆਏ ਨੇ ਸਾਡੇ ਵਿੱਚ, ਸਮੇਂ ਸਮੇਂ ਉਹਨਾਂ ਨੂੰ ਅਸੀਂ ਜੀਆਂ ਆਪ ਦੇਵਾਂਗੇ। ਹੁਣ ਮੈਂ ਬੇਨਤੀ ਕਰਾਂਗਾ ਤੇਰੀ ਪਾਤਸ਼ਾਹ ਸਾਧ ਸੰਗਤ ਜੀ, ਸੱਚੀ ਸਰਕਾਰ ਅਤੇ ਪ੍ਰੀਤਵਾਨ ਚਰਨਾਂ ਦੇ ਭਾਵੇ ਸ਼ਹੀਦ ਸਿੰਘਾਂ ਦੀ ਇਸ ਪਵਿੱਤਰ ਸਥਾਨ ਦੇ ਉੱਤੇ ਸ਼ਰਧਾਂਜਲੀ ਅਸੀਂ ਅੱਜ ਆਪਣੀ ਅਰਪਣ ਕਰਨ ਆਏ ਹਾਂ। ਜਿਹੜੇ ਮੌਤ ਤੋਂ ਨਹੀਂ ਡਰੇ ਉਹ ਆਪਣੇ ਗੁਰੂ ਦੇ ਨਾਲ ਪ੍ਰੀਤ ਕਰਦੇ ਸਨ, ਆਪਣੇ ਸਤਿਗੁਰੂ ਦੇ ਨਾਲ ਪ੍ਰੀਤ ਕਰਦੇ ਸਨ ਅਤੇ ਆਪਣੇ ਸਤਿਗੁਰੂ ਦੇ ਹੁਕਮ ਨੂੰ ਸਿਰਮੌਤ ਸਮਝਦੇ ਸਨ। ਉਹਨਾਂ ਨੂੰ ਕਿਸੇ ਰਾਜ ਨਾਲ, ਕਿਸੇ ਤਾਕਤ ਨਾਲ, ਕਿਸੇ ਧਨ ਨਾਲ ਕੋਈ ਲੋਭ ਨਹੀਂ ਸੀ। ਅੱਜ ਮੈਂ ਖਾਸ ਤੌਰ ਤੇ ਆਪਣੇ ਨੌਜਵਾਨ ਸਾਥੀਆਂ ਨੂੰ, ਆਪਣੀਆਂ ਭੈਣਾਂ ਨੂੰ ਇਹ ਬੇਨਤੀ ਕਰਨਾਗਾ ਕਿ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਪਵਿੱਤਰ ਸ਼ਹੀਦ ਸਿੰਘਾਂ ਦੇ ਸਥਾਨ ਤੇ ਆ ਕੇ ਉਹਨਾਂ ਨੂੰ ਪੁਸ਼ਪ ਪੜਤਾਲ ਕਰਨ ਵਾਸਤੇ ਵੀ ਸੱਚੇ ਪਾਤਸ਼ਾਹ ਨੇ ਉਸੇ ਤਰ੍ਹਾਂ ਹੀ ਯਤਨ ਕੀਤੇ। ਜਿਸ ਦੇ ਸਿਰ ਤੇ ਹੱਥ ਰੱਖਣਾ ਉਹ ਕੰਮ ਕਰ ਲੈਂਦਾ, ਬੀਬੀ ਸੁਰਿੰਦਰ ਕੌਰ ਸੂਬਾ ਸੁਰਿੰਦਰ ਕੌਰ ਜੀ ਕਰ ਨੇ ਕਈ ਸਾਲ ਲਗਾ ਕੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਖੋਜ ਕੀਤੀ, ਉਹਨਾਂ ਦੇ ਕੁਰਸੀ ਨਵੇਂ ਬਣਾਏ, ਪੈਣ ਸੂਪਾਂ ਨਾਲ ਡਾਲੇ ਉਡਾਏ ਗਏ ਅਤੇ ਚਾਰ ਸਿੰਘਾਂ ਨੂੰ ਕਾਲੇ ਪਾਣੀ ਸਜ਼ਾ ਦਿੱਤੀ ਜਿਹੜੇ ਉੱਥੇ ਹੀ ਸ਼ਹੀਦ ਹੋ ਗਏ। ਉਹਨਾਂ ਨੇ ਬੜੀ ਸੋਹਣੀ ਜ਼ਿਲ੍ਹਿਆਂ ਦੀ ਵੰਡ ਕੀਤੀ ਹੈ। 17 ਤਰੀਕ ਨੂੰ ਜੋ ਸ਼ਹੀਦ ਹੋਏ ਸੰਗਰੂਰ ਵਿੱਚ, 20 ਸੰਗਰੂਰ ਜ਼ਿਲ੍ਹੇ ਦੇ, ਬੀਬੀ ਰਜੀਆ ਸੁਲਤਾਨਾ ਜੀ, ਸ਼੍ਰੀ ਮੁਹੰਮਦ ਸਦੀਕ ਜੀ ਅਤੇ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਮਲੇਰਕੋਟ ਦੇ ਸਾਥੀਆਂ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਇਕੱਠੇ ਹੋਏ ਹਾਂ। ਸਵੇਰ ਤੋਂ ਲੈ ਕੇ ਇਹਨਾਂ ਮਲੇਰਕੋਟ ਦੇ ਸਾਥੀ ਦੇ ਸ਼ਹੀਦਾਂ ਬਾਰੇ ਬੋਲਿਆ ਗਿਆ, ਉਹਨਾਂ ਨੂੰ ਸ਼ਰਧਾ ਸਮਾਨ ਪੇਸ਼ ਕੀਤੇ ਗਏ। ਸ਼ਹੀਦ ਹੋਣਾ ਮੰਨਣਾ ਕੋਈ ਸੌਖਾ ਕੰਮ ਨਹੀਂ। ਸ਼ਹੀਦ ਸਾਡੇ ਵਰਗੇ ਆਮ ਇਨਸਾਨ ਸਨ। ਪਰਮ ਪੂਜਿਆ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ, ਅੱਜ ਦੇ ਇਸ ਰਾਜ ਪੱਧਰੀ ਸਮਾਗਮ ਦੇ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦੀ ਪ੍ਰਧਾਨਗੀ ਥੱਲੇ ਸਮਾਗਮ ਹੋ ਰਿਹਾ, ਬੀਬੀ ਰਜੀਆ ਸੁਲਤਾਨਾ ਜੀ ਤੇ ਹੋਰ ਸਤਿਕਾਰਯੋਗ ਸ਼ਖਸੀਅਤਾਂ ਤੇ ਸਮੁੱਚੀ ਸਾਧ ਸੰਗਤ ਜੀ, ਅੱਜ ਉਹਨਾਂ ਦੇਸ਼ ਤੇ ਕੌਮ ਦੀ ਖਾਤਰ ਆਪਾਂ ਨਿਸ਼ਾਵਰ ਕਰਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇਕੱਤਰਿਤ ਹੋਏ ਹਾਂ, ਜਿਹਦੇ ਬਾਰੇ ਵਿਸਥਾਰ ਪੂਰਵਕ ਇਸੇ ਮੰਚ ਤੋਂ ਵੱਖ ਵੱਖ ਵਕਤੇ ਆਪ ਜੀ ਨੂੰ ਸੰਬੋਧਨ ਕਰਕੇ ਗਏ ਨੇ। ਇੱਕ ਗੱਲ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ, ਦੇਸ਼ ਆਜ਼ਾਦੀ ਦੇ ਵਾਸਤੇ ਮਰ ਮਿਟਣ ਵਾਲੇ ਉਹਨਾਂ ਪਰਵਾਨਿਆਂ ਦੀ ਯਾਦ ਵਿੱਚ ਪਾਤਸ਼ਾਹ ਦੀ ਉਹ ਸ਼ਹਾਦਤ ਜਿਹਨੂੰ ਯਾਦ ਕਰਕੇ ਇਹਨਾਂ ਸ਼ਹੀਦਾਂ ਨੇ ਪ੍ਰਣ ਕੀਤਾ, ਮਨਾਲੀਵਾਂ ਪੁਰਬ ਮਨਾਇਆ ਜਾ ਰਿਹਾ। ਮੈਂ ਇੱਕ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਆਪਣੀ ਹਾਜ਼ਰੀ ਲਾਉਣ ਵਾਸਤੇ ਇੱਕ ਵਾਰ ਯਤਨ ਕਰੀਏ, ਰਸਨਾ ਤੇ ਉਸ ਮਹਾਨ ਰਹਿਬਰ ਗਰੀਬ ਪਰਵਰ ਸਰਵਰੇ ਕਾਇਨਾਤ ਬਾਰਵੇਂ ਪਾਤਸ਼ਾਹ ਜੀ ਦੀ ਅਰਸ਼ਵਾਸ ਦਾ ਨਾਮ ਲਿਆਈਏ, ਆਪਣੇ ਹਿਰਦੇ ਦੀਆਂ ਤਹਿਾਂ ਤੋਂ ਉਹਨਾਂ ਨੂੰ ਧੰਨ ਆਖੀਏ ਤਾਂ ਕਿ ਸਾਡੀ ਹਾਜ਼ਰੀ ਲੱਗ ਸਕੇ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਇਸ ਸਾਕੇ ਦੀਆਂ ਜਦੋਂ ਪਰਤਾਂ ਖੋਲੀਆਂ ਜਾਂਦੀਆਂ ਨੇ, ਸਾਰੀ ਜਿਸਦਾ ਨਾਂ ਇਤਿਹਾਸ ਵਿੱਚ ਸਰਦਾਰ ਲੱਥਾ ਸਿੰਘ ਆਇਆ, ਔਰ ਮੈਂ ਅੱਜ ਆਪ ਜੀ ਨੂੰ ਇਹ ਯਾਦ ਦਵਾ ਦਿਆਂ ਕਿ ਉਹ ਸਰਦਾਰ ਮੱਥਾ ਸਿੰਘ ਕੋਈ ਹੋਰ ਨਹੀਂ, ਉਹ
जहाज बैठी पंडाल दे भी ते स्टेज दे भी ते पंडाल बैठे सारे देश भक्तों 17 जनवरी 18 जनवरी नामधारी सिंह तोपां नाल उड़ाया गया। कावन जिन्हें 17 जनवरी तोपां नाल उड़ाया ब्रिटेन की पार्लीमेंट दे विच 1974 च बयान दिंदा है कि नामधारी सिंह आप दौड़ दौड़ के तोपां अगे आ रहे सी, मैं किसी नूं बन के नहीं उड़ाया। कावन ते ब्रिटिश सरकार दा, अंग्रेज सरकार दा एक ब्रूटल बर्बरता दा काम, हिंदुस्तान दी आजादी ले उठी लहरां नूं दबाण ले 17 जनवरी दी रात 18 जनवरी तड़के सतगुरु राम सिंह जी नूं जलावतन कीता गया। बंगाल रेगुलेशन एक्ट 1818 विच ए एक्ट श्री सतगुरु महाराज जी का कोटि कोटि नमन करता हूँ कि जो उन्होंने इतना भव्य आयोजन इस शहीद दिवस पे रखा और यहाँ पर बैठे सभी संगत को और गणमान्य व्यक्तियों को मेरा हाथ जोड़ के प्रार्थना विनती नमन। ऐसे पावन धरा पर, पवित्र धरती पर आज मुझे भी एक कीर्त करने का अवसर जो प्रदान हुआ, मैं उसके लिए बहुत बहुत अपने गुरुमुख भाई नामधारी जी का धन्यवाद करता हूँ और भविष्य में इस तरह जाएगा। श्री मोहम्मद सदीक जी एक्स MLA को पंजाब में उन्होंने पहचान अपनी सदीक जी का नाम दिया। सतगुरु श्री राम सिंह जी की संपदा दे नामधारी संपदा दे इतने जिन्हें भी भैन भरा बच्चे बुजुर्ग नौजवान इस शहीदी समागम च आए ने, मैं सब तो पहला उन्होंने नमन करता। ये शहीदी समागम जो शहीदों की याद में किया जा रहा है, ये सानू याद कराता है कि इस मुल्क के विच आज़ादी लैण वास्ते किन्नियां जानां कुर्बान हुई, किन्ने लोगों ने शहादत के जाम पीते, किन्ने तसीहे चले, बल्कि यह साका सारा नालों वखरा साका है। तोपां दे सामने आप खड़े हो जाना और दिल दे विच एक ही रीझ होनी कि सानू सच्चे सतगुरु पातशाह का हुक्म है, आज़ादी लेनी है किसी कीमत ते भी लेनी है। मैं समझदा आम लोग की जदों इस साके नूं सुणदे ने उनका दिल कंब जांदा भी तोप के मूहरे आके खड़ना और पता लगना भी ये तोप के चल रहे की करांगा। हरपाल सिंह जी सेवक वो तुहाडा रूबरू होंगे। उन्होंने गऊ गरीब की रक्षा ले देश की आजादी की कुर्बानियां कीतियां। साडी गुरबाणी विच सूरमा उसे नूं आख्या गया जो लड़ै दीन के हे। इत्थे दीन दा भाव बेशक धर्म वास्ते भी है पर दीन दा भाव मजलूमां वास्ते, गरीब वास्ते, कमजोर वास्ते, गऊ गरीब वास्ते जूझण वाला वह सूरमा है। अपने लोभ वास्ते, स्वार्थ वास्ते लड़न वाले बाबू उदय सिंह जी की छत्रछाया हेठ शहीदां नूं श्रद्धा ते सत्कार भेट करन वास्ते आई गुरु प्यारी साहिब संगत जी, वाहिगुरु जी का खालसा, वाहिगुरु जी की फतेह। पंजाब की धरती ने तीन इतिहास लिखे आ, ते गुरु इतिहास आ, एक सिख इतिहास आ, ते एक देश की आजादी का इतिहास आ। जदों अहीं पढ़दे हां ते पता लगता कि देश की आजादी इवें नहीं मिली। देश की आजादी लैण वास्ते कले आपां शहीद उन्हां सिंघां की गल ना करिए जो स्पिरिट, जो जज्बा सतगुरु राम सिंह। मैं बेनती करांगा नामधारी दरबार के प्रधान पंत भूषण परम पूज्य श्री सतगुरु सच पातशाह जी हो, साडे परम सत्कारी हो लेकिन गाबड़िया जी साडे विच रजिया जी आए ने सरकार के नुमाइंदे मुख मेहमान बन के कैप्टन अमरिंदर सिंह ने भेजे
मैं तुहानू एक इतिहासक गल थोड़ी जी दस के अपनी गल छेती मुकाने की कोशिश करांगा। ये जी जगह साढ़े कोल हैगी है, ये करीब 13 एकड़ है। और ये जगह हमने मैं स्वतंत्र पूछा तो मैं याद नहीं सी आ रहा, 1971 में कि बाबू जगजीवन राम जदों गवर्नमेंट ऑफ इंडिया के डिफेंस मिनिस्टर सन उन्होंने दिखी सी। जो नोट उन्होंने मिल वास्ते से लोग सभा मैं भी गया था उन्होंने को मैं अज नामधारी शहीदा की सरजमीन से उन्होंने महान शहीदों श्रद्धांजलि भेंट करती हाँ, जिन्होंने सतगुरु राम सिंह जी की कमान हेठ आजादी की जंग लई अपनियां जानां वारी। उनका अंदोलन की इस महान क्रांति को दबाउण अते लोकां विच दहशत पैदा करन लई अंग्रेजां ने रायकोट लुधियाना ते अमृतसर विखे 9 नामधारी शहीदां नूं शरेआम फांसी दे के शहीद कीता। अते मलेरकोटला दी इस धरती ते 66 नामधारी सिंघां नूं तोपा नाल उड़ा दिता, जिन्हां विचों एक 12 साल दे मासूम बच्चे श्री बिशन सिंह जी नूं तलवार नाल टुकड़े टुकड़े करके शहीद कीता। आज ही में जो हम तक सारे ने विचार सरवण किए ने जिन्हें शहीद सिंघां दी याद असीं इत्थे बैठे हाँ, और सब नूं बाबा जी नाल हो मांग है बाबा जी कि अज दे पांच पवित्र दिन ते नाल हो जस अगे साधु सच्चे पातशाह जी बख्शिश करन अपने प्रवचना राहीं साडे हिरदिआं नूं शांत करके साडा मार्गदर्शन करन। मैं श्री साधु सच्चे पातशाह जी दे चरणां विच बेनती करता हाँ अपने बचना नाल सानू सारिआं नूं प्रफुल्लित करन। श्री साधु सच्चे सारे बड़े प्यार नाल आखिर कर्म गुरु अर्जन देव सच्चे पातशाह मैं गुरु अर्जन देव पातशाह नूं इस करके याद कर रहा हाँ कि सिखां विच शहीदां दी लड़ी जे असीं शहीदी गणी है तो गुरु अर्जन देव सच्चे पातशाह दी शहीदी पहली शहीदी हुई है। फिर आपां उस लड़ी विच एक बार फिर याद करिए जिन्हां पातशाह ने सुपने दे रूप विच इन्हां सिखां नूं हुक्म दे के ये शहादत प्राप्त करन लई तोरिया, जिन्हां नूं जिन्हां सिखां वास्ते प्रेरणा हुई। मेरी बड़े प्यार नाल आखिए धन गुरु तेग बहादुर सच्चे पातशाह जिहड़े पातशाह का ये साजिया होया ते खालसा पंथ जिहड़े साडे सतगुरु का दिता होया रूप है उन्हां नूं याद करते हुए एक बार आखिए धन गुरु गोबिंद सिंह सच्चे पातशाह। ओ पातशाह जिन्हां ने कृपा की मुड़ गुरु गोबिंद सिंह सच्चे पातशाह के चलाए हुए पंथ को सुरजीत किया, जिन्हां ने वह दोबारा वो सिखी मुड़ मुखी सिखा विच जिसके चल के ये आजादी प्राप्त हुई उस महान सतगुरु को नमस्कार करते हुए एक बार आखिए धन सतगुरु राम सिंह सच्चे पातशाह। साध संगत जी आप सारों जिस पातशाह ने इस सच्चाई नाल इन्हां सतगुरुआं नाल इन्हां सिखी नाल जोड़ के रखे है जिन्हां दी गोद आप आनंद माणिया उन्होंने एक बार याद करिए धन सतगुरु जी की सच्चे पातशाह। साध संगत जी तुसी बहुत इतिहास सुनिया गुरलाल सिंह ने शुरू किया, हरपाल सिंह, संत निशान सिंह जी, गाबड़िया जी, सारे तो तुसी बहुत इतिहास सुनिया कि हर एक ने तुहानू बहुत नवीं गल दसिया ने जिस तरह हरपाल सिंह ने दसिया 9 साल का शहीद बारे ਰਸਾਂ ਦਾ ਗਾਉਂਦੀ ਸਮਝਿਆ ਗੁਰੂ ਨਾਨਕ ਲਈ ਪਿਆਰ ਸਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਰ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਅੱਜ ਪ੍ਰਿਥੀ ਸਾਹਿਬ ਤੋਂ ਪਿਆਰ ਤੇਗ ਬਹਾਦਰ ਸਿਮਰੀਆ ਘਰ ਨਾਮ ਲਿਖੇ ਆਵੇ ਤਾਂ ਆਜ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਥਾਈ ਹੋਏ ਸਹਾਏ
ਸ੍ਰੀ ਸਤਿਗੁਰੂ ਬਾਲਕ ਸਿੰਘ ਸਿਮਰੀਆ ਮਾਲਕ ਜੀ ਅਵਤਾਰੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਮਤੋਲੀਆ ਛਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਸਿਮਰੀਆ ਟੁੱਟੀ ਲਈ ਮਲਾਏ ਅਕਾਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਿਮਰੀਆ ਸੁੱਚ ਸੋਜ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਨਮ ਮਰਨ ਦੁਖ ਜਾਏ ਸਤਿਗੁਰੂ ਜੀ ਸਭ ਥਾਈ ਹੋ ਸਹਾਏ ਗੁਰੂ ਜੀ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਕਰਕੇ ਆਪ ਜੀ ਦਾ ਪਵਿੱਤਰ ਨਾਮ ਚੇਤਾ ਆਵੇ ਸਤਿਗੁਰੂ ਜੀ ਪਾਤਸ਼ਾਹ ਅਸੀਂ ਸਦਾ ਹੀ ਭੁੱਲਣ ਹਰ ਜੀਵ ਹਾਂ ਆਪ ਸਦਾ ਬਖਸ਼ਿੰਦ ਪਿਤਾ ਹੋ ਗਰੋਂ ਕਰੋਂ ਸਿੱਖੀ ਸਿਦਕ ਬਖਸ਼ ਬੇਮੁੱਖ ਹੋ ਕੇ ਨਾ ਮਰੀਏ ਪਾਤਸ਼ਾਹ ਧਰਤੀ ਤੇ ਧਰਮ ਬਤਾਓ